ਤੁਹਾਡੇ ਵਿੱਚੋਂ ਜਿਹੜੇ ਸਿਆਣੇ ਵਿਦਿਆਰਥੀ ਨੇ ਉਹ ਅੱਜ ਹੀ ਮੇਰੀ ਕਲਾਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਗੇ ਠੀਕ ਹੈ ਤਾਂ ਅੱਜ ਦੀ ਕਲਾਸ ਵਿੱਚ ਦੇਖੋ ਮੇਰੀ ਕਲਾਸ ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਲੈਣੇਗਾ ਕਿਉਂਕਿ ਤੁਸੀਂ ਸਿਆਣੇ ਵਿਦਿਆਰਥੀ ਹੋ ਤਾਂ ਅੱਜ ਆਪਾਂ ਕਰਾਂਗੇ 7ਵੀਂ ਜਮਾਤ ਦੀ ਪੰਜਾਬੀ ਦਾ ਪਾਠ ਨੰਬਰ 5 ਪੰਜਵਾਂ ਪਾਠ ਕਰਾਂਗੇ ਮਾਂ ਦਾ ਪਿਆਰ ਇਸ ਪਾਠ ਦੇ ਨਾਲ ਸੰਬੰਧਿਤ ਜੋ ਵੀ ਬੁੱਕ ਵਰਕ ਦਿੱਤਾ ਗਿਆ ਹੈ ਉਸ ਤੋਂ ਤੁਹਾਨੂੰ ਪ੍ਰਸ਼ਨ ਉੱਤਰ ਵਗੈਰਾ ਤਾਂ ਸਾਰਾ ਕੁਝ ਇਸ ਪਾਠ ਦਾ ਆਪਾਂ ਇਸ ਕਲਾਸ ਦੇ ਵਿੱਚ ਪੂਰਾ ਕਰ ਲੈਣੇ ਠੀਕ ਹੈ ਜੀ ਤਾਂ ਮਾਂ ਦਾ ਪਿਆਰ ਪਾਠ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਪਹਿਲਾ ਜੋ ਭਾਗ ਦਿੱਤਾ ਗਿਆ ਸੀ ਪ੍ਰਸ਼ਨ ਉੱਤਰ ਤਾਂ ਦੇਖੋ ਜੀ ਇਸ ਦੇ ਵਿੱਚ ਕੀ ਸੀਗਾ ਪ੍ਰਸ਼ਨ ਨੰਬਰ 1 ਠੀਕ ਹੈ ਤਾਂ ਪਹਿਲਾ ਪ੍ਰਸ਼ਨ ਦਿੱਤਾ ਗਿਆ ਸੀਗਾ ਮਾਂ ਆਪਣੀ ਔਲਾਦ ਲਈ ਕੀ ਕੀ ਕਰਦੀ ਹੈ ਇਸ ਦਾ ਉੱਤਰ ਤੁਸੀਂ ਲਿਖੋਗੇ ਮਾਂ ਆਪਣੀ ਔਲਾਦ ਲਈ ਗੁਰੂਆਂ ਪੀਰਾਂ ਅਤੇ ਦੇਵੀ ਦੇਵਤਿਆਂ ਅੱਗੇ ਮੰਨਤਾ ਮੰਨਦੀ ਹੈ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਇਹ ਇਸ ਦਾ ਕੀ ਹੋਏਗਾ ਦੋਸਤੋ ਉੱਤਰ ਹੋਏਗਾ ਤੁਸੀਂ ਇਹ ਉੱਤਰ ਨੂੰ ਨੋਟ ਕਰ ਲੈਣਾ ਹੈ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ ਦੂਸਰਾ ਪ੍ਰਸ਼ਨ ਦੂਸਰੇ ਪ੍ਰਸ਼ਨ ਦੇ ਵਿੱਚ ਕੀ ਸੀ ਇਹਨਾਂ ਨੇ ਕਿਹਾ ਸੀ ਮਾਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਿਵੇਂ ਕਰਦੀ ਹੈ ਤਾਂ ਇਸ ਦਾ ਉੱਤਰ ਤੁਸੀਂ ਲਿਖੋਗੇ ਮਾਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਰੀਜ਼ਨ ਤੇ ਲਾਡ ਪਿਆਰ ਨਾਲ ਕਰਦੀ ਹੈ ਉਸ ਦੀ ਸਲਾਮਤੀ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੀ ਹੈ ਇਸ ਤਰੀਕੇ ਨਾਲ ਮਾਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ ਠੀਕ ਹੈ ਜੀ ਤਾਂ ਇਸ ਦਾ ਉੱਤਰ ਇੰਨਾ ਕ ਲਿਖਣਾ ਤੁਸੀਂ ਨਹੀਂ ਇਸ ਤੋਂ ਬਾਅਦ ਤੀਸਰਾ ਪ੍ਰਸ਼ਨ ਹੈ ਜੀ ਤਾਂ ਤੀਸਰਾ ਪ੍ਰਸ਼ਨ ਹੈ ਬੱਚੇ ਤੇ ਜੇ ਕੋਈ ਦੁੱਖ ਆ ਜਾਵੇ ਤਾਂ ਮਾਂ ਕੀ ਕਰਦੀ ਹੈ ਇਸ ਦਾ ਉੱਤਰ ਤੁਸੀਂ ਲਿਖੋਗੇ ਇਸ ਦਾ ਉੱਤਰ ਇਸ ਤਰੀਕੇ ਨਾਲ ਲਿਖ ਸਕਦੇ ਹੋ ਤੁਸੀਂ ਦੇਖੋ ਜੀ ਬੱਚੇ ਤੇ ਦੁੱਖ ਆਉਣ ਦੀ ਹਾਲਤ ਵਿੱਚ ਮਾਂ ਉਸ ਦੀ ਸਲਾਮਤੀ ਲਈ ਪੈਸੇ ਦੀ ਪਰਵਾਹ ਕੀਤੇ ਬਿਨਾ ਹਰ ਕੋਸ਼ਿਸ਼ ਕਰਦੀ ਹੈ ਦੁੱਖ ਦੂਰ ਕਰਨ ਲਈ ਮਾਂ ਆਪਣੇ ਬੱਚੇ ਦੀ ਨਾજર ਵੀ ਉਤਾਰਦੀ ਹੈ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਮਾਂ ਜਿਹੜੀ ਉਹ ਆਪਣੇ ਬੱਚਿਆਂ ਦੇ ਦੁੱਖ ਨਹੀਂ ਜਾ ਸਕਦੀ ਹਰ ਇੱਕ ਸੰਭਵ ਕੋਸ਼ਿਸ਼ ਕਰਦੀ ਹੈ ਦੁੱਖ ਨੂੰ ਦੂਰ ਕਰਨ ਦੇ ਲਈ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਕਰਦੇ ਹਾਂ ਜੀ ਆਪਾਂ ਅਗਲਾ ਪ੍ਰਸ਼ਨ ਕੀ ਸੀਗਾ ਮਾਂ ਨੂੰ ਆਂਦਰਾ ਦਾ ਸਾਕ ਕਿਉਂ ਕਿਹਾ ਜਾਂਦਾ ਹੈ ਤਾਂ ਦੇਖੋ ਜੀ ਇਸ ਦਾ ਉੱਤਰ ਤੁਸੀਂ ਲਿਖੋਗੇ ਬੱਚੇ ਨੂੰ 9 ਮਹੀਨੇ ਪੇਟ ਵਿੱਚ ਰੱਖਣ ਕਾਰਨ ਮਾਂ ਨੂੰ ਆਂਦਰਾ ਦਾ ਸਾਕ ਕਿਹਾ ਜਾਂਦਾ ਹੈ ਤੇ ਆਂਦਰਾ ਸਾਕ ਦਾ ਅਰਥ ਇਹ ਵੀ ਹੁੰਦਾ ਵੀ ਪੱਕਾ ਰਿਸ਼ਤਾ ਠੀਕ ਹੈ ਤਾਂ ਮਾਂ ਜਿਹੜੋ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਉਨ੍ਹਾਂ ਦਾ ਆਪਸ ਵਿੱਚ ਰਿਸ਼ਤਾ ਜਿਹੜਾ ਉਹ ਆਂਦਰਾਂ ਦਾ ਹੁੰਦਾ ਹੈ ਪੱਕਾ ਹੁੰਦਾ ਹੈ ਠੀਕ ਹੈ ਇਸ ਤਰ੍ਹਾਂ ਵੀ ਉਹਨੂੰ ਆਂਦਰਾਂਸਾਕ ਕਿਹਾ ਗਿਆ ਹੈ ਠੀਕ ਹੈ ਜੀ ਅਗਲਾ ਜੋ ਭਾਗ ਸੀਗਾ ਇਸ ਭਾਗ ਦੇ ਵਿੱਚ ਕੀ ਸੀ ਕਿ ਹੇਠ ਲਿਖੀਆਂ ਕਾਵ 17 ਦੇ ਆਧਾਰ ਤੇ ਜਿਹੜੀਆਂ ਇਹ ਟੋਕਾਂ ਨੇ ਇਹਨਾਂ ਨੂੰ ਪੂਰਾ ਕਰਨਾ ਹੈ ਠੀਕ ਹੈ ਜੀ ਤਾਂ ਕਾਵ 17 ਪੂਰੀਆਂ ਕਰਨੀਆਂ ਨੇ ਪਾਠ ਦੇਦਾਰ ਉੱਤੇ ਠੀਕ ਹੈ ਜਿਵੇਂ ਕਿ ਪਾਠ ਦੇ ਵਿੱਚ ਲਿਖੀਆਂ ਹੋਈਆਂ ਸੀ ਤਾਂ ਆਪਾਂ ਨੂੰ ਜੋ 17 ਦਿੱਤੀ ਗਈ ਸੀ ਇਹ ਪਹਿਲੀ ਪਹਿਲੀ 17 ਹੈ ਸੱਚ ਪੁੱਛੋ ਤਾਂ ਇਸ ਔਲਾਦ ਪਿੱਛੇ ਤੁਸੀਂ ਕੀ ਲਿਖੋਗੇ ਲੱਖਾਂ ਮੰਨ ਵਿੱਚ ਮੰਨਤਾ ਧਾਰਦੀ ਮਾਂ ਤਾਂ ਇਸ ਤਰੀਕੇ ਨਾਲ ਇਹ ਪਹਿਲੀ ਸਤਰ ਨੂੰ ਇਦਾਂ ਪੂਰਾ ਕਰ ਲੈਣਾ ਤੁਸੀਂ ਨਹੀਂ ਇਸ ਤੋਂ ਬਾਅਦ ਅਗਲੀ ਦੂਸਰੀ ਸਤਰ ਦਿੱਤੀ ਗਈ ਹੈ ਆਪਾਂ ਨੂੰ ਦੂਸਰੀ ਸਤਰ ਦੇ ਵਿੱਚ ਕੀ ਲਿਖਿਆ ਗਿਆ ਹੈ ਰੀਜਾਂ ਸਤਰ ਨਾਲ ਉਹ ਪਾਲਦੀਏ ਤਾਂ ਇਸ ਦਾ ਉੱਤਰ ਤੁਸੀਂ ਲਿਖੋਗੇ ਸਿਰ ਤੇ ਔਕੜਾਂ ਲੱਖ ਸਹਾਰਦੀ ਮਾਂ ਠੀਕ ਹੈ ਜੀ ਲੱਖਾਂ ਮੰਨ ਵਿੱਚ ਮੰਨਤਾ ਧਾਰਦੀ ਮਾਂ ਤੇ ਅਗਲੇ ਦੇ ਵਿੱਚ ਲਿਖਣਾ ਸੀ ਸਿਰ ਤੇ ਔਕੜਾਂ ਲੱਖ ਸਹਾਰਦੀ ਮਾਂ ਇਸ ਤਰੀਕੇ ਨਾਲ ਜੋ ਚੀਜ਼ਾਂ ਸੀ ਹਾਈਲਾਈਟ ਕੀਤੀਆਂ ਨੇ ਤੁਸੀਂ ਇਹਨਾਂ ਨੂੰ ਨਾਲ ਦੀ ਨਾਲ ਨੋਟ ਕਰ ਸਕਦੇ ਹੋ ਇਸ ਤੋਂ ਬਾਅਦ ਅਗਲੀ ਸਤਰ ਦਿੱਤੀ ਗਈ ਸੀ ਤੀਸਰੀ ਸਤਰ ਰਿੜਦਾ ਵੇਖ ਕੇ ਖਿੜਦਾ ਈ ਚਿੱਤ ਉਸਦਾ ਤਾਂ ਇਸ ਸਤਰ ਨੂੰ ਆਪਾਂ ਨੇ ਪੂਰਾ ਕਰਨਾ ਹੈ ਤਾਂ ਇਸ ਨੂੰ ਪੂਰਾ ਕਰਨ ਦੇ ਲਈ ਤੁਸੀਂ ਲਿਖੋਗੇ ਫੜ ਫੜ ਵਾਹਾਂ ਨੂੰ ਫੇਰ ਖਲਾਰਦੀ ਵਾਂ ਤਾਂ ਇਸ ਤਰੀਕੇ ਨਾਲ ਇਹ ਸਤਰ ਪੂਰੀ ਹੋ ਜਾਵੇਗੀ ਠੀਕ ਹੈ ਜੋ ਹਾਈਲਾਈਟ ਕੀਤਾ ਇਸ ਨੂੰ ਤੁਸੀਂ ਨੋਟ ਕਰ ਸਕਦੇ ਹੋ ਇਸ ਤੋਂ ਬਾਅਦ ਚੌਥੀ ਸਤਰ ਆਪਣੀ ਦਿੱਤੀ ਗਈ ਸੀ ਚੌਥੀ ਸਤਰ ਦੇ ਵਿੱਚ ਕੀ ਲਿਖੇਗਾ ਸੁਨੇ ਬਾਜ ਤੇ ਸਾਂ ਵਿੱਚ ਸਾਂ ਆਵੇ ਮਿਰਚਾਂ ਲੈ ਕੇ ਸਿਰ ਤੋਂ ਵਾਰਦੀ ਮਾਂ ਇਹ ਮਿਰਚਾਂ ਲੈ ਕੇ ਸਿਰ ਤੋਂ ਵਾਰਦੀ ਮਾਂ ਇਹ ਸ਼ਬਦ ਤੁਸੀਂ ਲਿਖ ਕੇ ਸਤਰ ਨੂੰ ਪੂਰਾ ਕਰ ਲਮੋਗੇ ਇਸ ਤਰੀਕੇ ਨਾਲ ਇਹ ਸਤਰ ਆਪਣੀ ਪੂਰੀ ਹੋ ਚੁੱਕੀ ਹੈ ਠੀਕ ਹੈ ਇਹ 17 ਪੰਨ ਜੋ ਦਿੱਤੀਆਂ ਗਈਆਂ ਸੀ ਆਪਾਂ ਨੇ ਇਹ ਪੂਰੀਆਂ ਕਰ ਲਈਆਂ ਨੇ ਜੋ ਅਗਲਾ ਭਾਗ ਹੈ ਜੀ ਇਸ ਭਾਗ ਦੇ ਵਿੱਚ ਕੀ ਹੈਗਾ ਜਿਹੜੇ ਔਖੇ ਸ਼ਬਦ ਆਪਾਂ ਦਿੱਤੇ ਹੋਏ ਨੇ ਇਨਾਂ ਦੇ ਪਾਂ ਅਰਥ ਲਿਖਨੇ ਨੇ ਠੀਕ ਹੈ ਤਾਂ ਔਖੇ ਸ਼ਬਦਾਂ ਦੇ ਸੌਖੇ ਅਰਥ ਲਿਖਨੇ ਨੇ ਪਾਣੀ ਤਾਂ ਆਪਣੇ ਕੋਲ ਸ਼ਬਦ ਦਿੱਤਾ ਗਿਆ ਸੀ ਔਲਾਦ ਤਾਂ ਔਲਾਦ ਸ਼ਬਦਾ ਸੌਖਾ ਅਰਥ ਪਾ ਲਿਖਾਂਗੇ ਸੰਤਾਨ ਠੀਕ ਹੈ ਬੱਚੇ ਠੀਕ ਹੈ ਸੰਤਾਨ ਇਸ ਤੋਂ ਬਾਅਦ ਹੈ ਜੀ ਸੱਦਰਾਂ ਸੱਦਰਾਂ ਸ਼ਬਦਾ ਅਰਥ ਹੁੰਦਾ ਹੈ ਰੀਜ਼ਾਂ ਇਸ਼ਾਮਾਂ ਠੀਕ ਹੈ ਇਹਨੂੰ ਪਾ ਕਹਿੰਦੇ ਸੱਦਰ ਨੈਕਸਟ ਹੈ ਜੀ ਔਕੜਾਂ ਤਾਂ ਔਕੜਾਂ ਦਾ ਅਰਥ ਹੋਏਗਾ ਮੁਸੀਬਤਾਂ ਜਾਂ ਮੁਸ਼ਕਲਾਂ ਮੁਸੀਬਤਾਂ ਜਾਂ ਮੁਸ਼ਕਲਾਂ ਇਸਦਾ ਅਰਥ ਹੋਏਗਾ ਸਦਕੜੇ ਜਾਣਾ ਸਦਕੜੇ ਜਾਣਾ ਦਾ ਅਰਥ ਹੁੰਦਾ ਹੈਗਾ ਬਾਰੇ ਜਾਣਾ ਠੀਕ ਹੈ ਜੀ ਬਾਰੇ ਜਾਣਾ ਜਾਂ ਕੁਰਬਾਨ ਹੋਣਾ ਇਹ ਸਦਕੜੇ ਸ਼ਬਦ ਦਾ ਅਰਥ ਹੋਏਗਾ ਇਸ ਤੋਂ ਬਾਅਦ ਅਗਲਾ ਜੋ ਸ਼ਬਦ ਪੰ ਦਿੱਤਾ ਗਿਆ ਹੈ ਇਹ ਦਿੱਤਾ ਗਿਆ ਹੈ ਦੁਲਾਰ ਦੀ ਤਾਂ ਦੁਲਾਰਨ ਦਾ ਅਰਥ ਹੁੰਦਾ ਹੈ ਪਿਆਰ ਕਰਦੀ ਠੀਕ ਹੈ ਮਾਂ ਜਿਹੜੀ ਉਹ ਦੁਲਾਰਦੀ ਹੈ ਮਤਲਬ ਕਿ ਆਪਣੇ ਬੱਚਿਆਂ ਨੂੰ ਕੀ ਕਰਦੀ ਹੈ ਪਿਆਰ ਕਰਦੀ ਹੈ ਇਸ ਤੋਂ ਬਾਅਦ ਅੱਗੇ ਪੰਜੋ ਸ਼ਬਦ ਦਿੱਤਾ ਗਿਆ ਸੀ ਉਹੋ ਦਿੱਤਾ ਗਿਆ ਆਪਣੇ ਕੋਲ ਬਾਡੀ ਤਾਂ ਬਾਡੀ ਸ਼ਬਦ ਦਾ ਅਰਥ ਆਪਾਂ ਨੇ ਲਿਖਣਾ ਹੈਗਾ ਆਪਾਂ ਨੇ ਪਹਿਲਾਂ ਵਾਲੇ ਪਾਠ ਤੇ ਵੀ ਕੀ ਕੀਤਾ ਸੀ ਬਾਡੀ ਦਾ ਅਰਥ ਹੁੰਦਾ ਹੈ ਪਹੁੰਚਣਾ ਠੀਕ ਹੈ ਆਪਾਂ ਬਾਡੀ ਮਤਲਬ ਕਿ ਵੀ ਮਦਦ ਲਈ ਆਉ ਫਿਰ ਮਦਦ ਲਈ ਪਹੁੰਚੋ ਠੀਕ ਹੈ ਤਾਂ ਇਸ ਦਾ ਕੀ ਅਰਥ ਹੈ ਵੀ ਮਦਦ ਲਈ ਕੀਤੀ ਪੁਕਾਰ ਇਹਨੂੰ ਆਪਾਂ ਕਹਿ ਦਿੰਨੇ ਆ ਬਾਡੀ ਵੀ ਠੀਕ ਹੈ ਇਸ ਤਰੀਕੇ ਨਾਲ ਇਹ ਇਸ ਦਾ ਜਿਹੜਾ ਅਰਥ ਹੈ ਇਹ ਲਿਖਿਆ ਜਾ ਸਕਦਾ ਹੈ ਅਗਲਾ ਜੋ ਆਪਾਂ ਨੂੰ ਸ਼ਬਦ ਦਿੱਤਾ ਗਿਆ ਸੀ ਇਹ ਦਿੱਤਾ ਗਿਆ ਸੀ ਸਰਫਾ ਸਰਫਾ ਸ਼ਬਦ ਦਾ ਅਰਥ ਹੁੰਦਾ ਹੈਗਾ ਕੰਜੂਸੀ ਕਰਨੀ ਤਪਕਦੇ ਨੇ ਫਲਾਣਾ ਵਿਅਕਤੀ ਦਾ ਬਹੁਤ ਸਰਫਾ ਕਰਦਾ ਹੈ ਇਹਦਾ ਮਤਲਬ ਉਹ ਕੰਜੂਸੀ ਕਰਦਾ ਹੈ ਤਾਂ ਇਸ ਤਰੀਕੇ ਨਾਲ ਇਸ ਨਾ ਸ਼ਬਦਾਂ ਦੇ ਜਿਹੜੇ ਇਹ ਅਰਥ ਨੇ ਇਹ ਸਭ ਤੁਸੀਂ ਲਿਖ ਸਕਦੇ ਹੋ ਠੀਕ ਹੈ ਜੀ ਤਾਂ ਇਹ ਭਾਗ ਆਪਣਾ ਪੂਰਾ ਹੋ ਚੁੱਕਿਆ ਹੈ ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਅਗਲੇ ਭਾਗ ਦੇ ਉੱਤੇ ਚੱਲਦੇ ਹਾਂ ਅਗਲਾ ਭਾਗ ਕੀ ਸੀ ਹੇਠ ਲਿਖਿਆਂ ਨੂੰ ਵਾਕਾਂ ਵਿੱਚ ਵਰਤੋ ਤਾਂ ਜੋ ਵੀ ਆਪਾਂ ਨੂੰ ਸ਼ਬਦ ਦਿੱਤੇ ਗਏ ਨੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਨੇ ਪਹਿਲਾਂ ਅਰਥ ਵੀ ਲਿਖਣਾ ਹੈ ਫਿਰ ਆਪਾਂ ਕੀ ਕਰਾਂਗੇ ਨੰਦੇ ਵਾਕ ਬਣਾਵਾਂਗੇ ਜਿਵੇਂ ਕਿ ਚੁੰਮਣਾ ਨਾ ਛੱਟਣਾ ਬਹੁਤ ਲਾਡ ਕਰਨਾ ਤਾਂ ਇਸ ਦਾ ਵਾਕ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਮਾਂ ਬੱਚੇ ਨੂੰ ਹਰ ਵੇਲੇ ਚੁੰਮਦੀ ਛੱਟਦੀ ਰਹਿੰਦੀ ਹੈ ਇਸ ਤਰੀਕੇ ਨਾਲ ਇਸ ਦਾ ਜਿਹੜਾ ਵਾਕ ਇਹ ਬਣਾਇਆ ਜਾ ਸਕਦਾ ਹੈ ਇਸ ਤੋਂ ਬਾਅਦ ਅੱਗੇ ਆਪਾਂ ਇੱਕ ਸ਼ਬਦ ਦਿੱਤਾ ਗਿਆਗਾ ਕਲੇਜੇ ਨੂੰ ਠਾਰਨਾ ਯਾਨੀ ਕਿ ਦਿਲ ਨੂੰ ਸਕੂਨ ਮਿਲਣਾ ਠੀਕ ਹੈ ਇਸ ਦਾ ਕੀ ਅਰਥ ਹੈ ਕਿ ਦਿਲ ਨੂੰ ਸਕੂਨ ਮਿਲਣਾ ਤਾਂ ਇਹ ਕਲੇਜੇ ਨੂੰ ਠਾਰਨਾ ਦਾ ਅਰਥ ਹੈ ਵਾਕ ਇਸ ਤਰ੍ਹਾਂ ਬਣੇਗਾ ਵਦੇਸ਼ ਗਈ ਬੱਚੇ ਦੀ ਤਸਵੀਰ ਦੇਖ ਕੇ ਮਾਂ ਦੇਖ ਕੇ ਹੀ ਮਾਂ ਕਲੇਜੇ ਨੂੰ ਠਾਰਦੀ ਹੈ ਮਤਲਬ ਕਿ ਉਸਤੇ ਦਿਲ ਨੂੰ ਸਕੂਨ ਕਦੋਂ ਮਿਲਦਾ ਹੈ ਜਦੋਂ ਬੱਚੇ ਦੀ ਤਸਵੀਰ ਦੇਖ ਲੈਂਦੀ ਹੈ ਉਸਤੇ ਕਲੇਜੇ ਚ ਠੰਡ ਪੈ ਜਾਂਦੀ ਹੈ ਯਾਨੀ ਕਿ ਕਲੇਜੇ ਨੂੰ ਉਹ ਠਾਰ ਲੈਂਦੀ ਹੈ ਇਸ ਤੋਂ ਬਾਅਦ ਅੱਗੇ ਆਪਾਂ ਨੂੰ ਸ਼ਬਦ ਦਿੱਤਾ ਗਿਆ ਲੋਰੀਆਂ ਲੋਰੀਆਂ ਦਾ ਅਰਥ ਹੁੰਦਾ ਹੈ ਛੋਟਾ ਗੀਤ ਠੀਕ ਹੈ ਮਤਲਬ ਕਿ ਪਿਆਰ ਦੇ ਗੀਤ ਜੋ ਬੱਚੇ ਨੂੰ ਸੁਲਾਉਣ ਦੇ ਲਈ ਹਨਾ ਵੀ ਉਹ ਸੌਂ ਜੇ ਤਾਂ ਉਸ ਤੇ ਲਈ ਸੁਣਾਏ ਜਾਂਦੇ ਨੇ ਤਾਂ ਦੇਖੋ ਜੀ ਮੇਰੇ ਦਾਦੀ ਜੀ ਸਾਨੂੰ ਲੋਰੀਆਂ ਸੁਣਾਉਂਦੇ ਹਨ ਤਾਂ ਇਸ ਤਰੀਕੇ ਨਾਲ ਤੁਸੀਂ ਇਸ ਤਬਾਕ ਬਣਾ ਸਕਦੇ ਹੋ ਠੀਕ ਹੈ ਮੇਰੇ ਮਾਤਾ ਜੀ ਲੋਰੀਆਂ ਸੁਣਾਉਂਦੇ ਹਨ ਠੀਕ ਹੈ ਤਾਂ ਮੇਰੇ ਨਾਨੀ ਜੀ ਸਾਨੂੰ ਲੋਰੀਆਂ ਸੁਣਾਉਂਦੇ ਹੁੰਦੇ ਸੀ ਤਾਂ ਇਸ ਤਰੀਕੇ ਨਾਲ ਤੁਸੀਂ ਲੋਰੀਆਂ ਸ਼ਬਦ ਨੂੰ ਵਿੱਚ ਲੈ ਕੇ ਆਉਣਾ ਹੁੰਦਾ ਕਿਸ ਤਰੀਕੇ ਨਾਲ ਵੀ ਲਿਆ ਸਕਦੇ ਹਾਂ ਇਸ ਤੋਂ ਬਾਅਦ ਅਗਲਾ ਜੋ ਸ਼ਬਦ ਪੰ ਦਿੱਤਾ ਗਿਆ ਚਾ ਮਲਾਰ ਯਾਨੀ ਕਿ ਬਹੁਤ ਪਿਆਰ ਕਰਨਾ ਤਾਂ ਬਹੁਤ ਪਿਆਰ ਕਰਨਾ ਇਸ ਦਾ ਅਰਥ ਹੋ ਗਿਆ ਹੁਣ ਇਸ ਤਬਾਕ ਇਸ ਤਰ੍ਹਾਂ ਬਣੇਗਾ ਮਾਂ ਆਪਣੇ ਬੱਚੇ ਨੂੰ ਚਾ ਮਲਾਰ ਨਾਲ ਪਾਲਦੀ ਹੈ ਇਸ ਤਰੀਕੇ ਨਾਲ ਇਸ ਤਾ ਇਸ ਜਿਹੜਾ ਸ਼ਬਦ ਹੈ ਇਸ ਤਾ ਵਾਕ ਬਣਾਇਆ ਜਾ ਸਕਦਾ ਹੈ ਇਸ ਤੋਂ ਬਾਅਦ ਅਗਲਾ ਆਪਣਾ ਸ਼ਬਦ ਦਿੱਤਾ ਗਿਆ ਜੀ ਡੋਬੂ ਪੈਣਾ ਤਾਂ ਡੋਬੂ ਪੈਣ ਦਾ ਅਰਥ ਹੁੰਦਾ ਹੈ ਕਿ ਦਿਲ ਖਿਬਰਾਉਣਾ ਠੀਕ ਹੈ ਮਤਲਬ ਆਪਾਂ ਕਹਿੰਦੇ ਨੇ ਵੀ ਦਿਲ ਖਿਬرائی ਜਾਂਦਾ ਡੋਬੂ ਪਈ ਜਾਂਦੇ ਨੇ ਹਨਾ ਤਾਂ ਇਸ ਤਰ੍ਹਾਂ ਅਰਥ ਹੋਏਗਾ ਜੇ ਮਾਂ ਕਰ ਜੇ ਮੈਂ ਇਥੇ ਤਾਂ ਜੇ ਮੈਂ ਕਰ ਦੇਰ ਨਾਲ ਇਥੇ ਦੇਰ ਆਣਾ ਸੀ ਮਤਲਬ ਕਿ ਲੇਟ ਪਹੁੰਚਾਂ ਜੇਕਰ ਠੀਕ ਹੈ ਤਾਂ ਇੱਥੇ ਲਿਖੋ ਤੁਸੀਂ ਦੇਰ ਜੇ ਮੈਂ ਘਰ ਦੇਰ ਨਾਲ ਪਹੁੰਚਾਂ ਤਾਂ ਮਾਂ ਦੇ ਦਿਲ ਨੂੰ ਡੋਬੂ ਇੱਥੇ ਲਿਖੋ ਡੋਬੂ ਠੀਕ ਹੈ ਡੋਬੂ ਪੈਨ ਲੱਗ ਜਾਂਦਾ ਹੈ ਇਸ ਤਰੀਕੇ ਨਾਲ ਤੁਸੀਂ ਇਸ ਦਾ ਜਿਹੜਾ ਅਰਥ ਹੈ ਇਹ ਲਿਖ ਸਕਦੇ ਹੋ ਮੈਂ ਦੁਬਾਰਾ ਹਾਈਲਾਈਟ ਕਰਕੇ ਦੱਸ ਦਿੰਦਾ ਤੁਹਾਨੂੰ ਜੇ ਮੈਂ ਘਰ ਇੱਥੇ ਲਿਖੋ ਦੇਰ ਨਾਲ ਪਹੁੰਚਾਂ ਤਾਂ ਮਾਂ ਦੇ ਦਿਲ ਨੂੰ ਡੋਬੂ ਪੈਣ ਲੱਗ ਜਾਂਦਾ ਹੈ ਇਹੇ ਡੋਬੂ ਉੱਤੇ ਦੇਖ ਲਿਓ ਠੀਕ ਹੈ ਇਹੇ ਡੋਬੂ ਪੈਣ ਲੱਗ ਜਾਂਦਾ ਹੈ ਤਾਂ ਇਸ ਤਰੀਕੇ ਨਾਲ ਇਹ ਜੋ ਸ਼ਬਦ ਸੀ ਠੀਕ ਹੈ ਇਹਨਾਂ ਨੂੰ ਪਾਣੀ ਵਾਕਾਂ ਦੇ ਵਿੱਚ ਵਰਤਨਾ ਹੁੰਦਾ ਹੈ ਅਗਲਾ ਆਪਾਂ ਨੂੰ ਸ਼ਬਦ ਦਿੱਤਾ ਗਿਆ ਆਂਦਰਾਂ ਦਾ ਸਾਕ ਮਤਲਬ ਕਿ ਬਹੁਤ ਨਜ਼ਦੀਕੀ ਸਬੰਧ ਹੋਣਾ ਜਿਵੇਂ ਕਿ ਮਾਂ ਤੇ ਬੱਚੇ ਦਾ ਕੀ ਹੈ ਆਂਦਰਾਂ ਦਾ ਸਾਕ ਹੈ ਠੀਕ ਹੈ ਮਾਂ ਤੇ ਬੱਚੇ ਦਾ ਆਂਦਰਾਂ ਦਾ ਸਾਕ ਹੁੰਦਾ ਹੈ ਇਸ ਤਰੀਕੇ ਨਾਲ ਇਸ ਤਬਾਕ ਬਣਾਇਆ ਜਾ ਸਕਦਾ ਹੈ ਅਗਲਾ ਜੋ ਸ਼ਬਦ ਆਪਾਂ ਦਿੱਤਾ ਗਿਆਗਾ ਇਹੀ ਦਿੱਤਾ ਗਿਆ ਜੀ ਪਿਆਰ ਦੀ ਪੁਤਲੀ ਯਾਨੀ ਕਿ ਪਿਆਰ ਕਰਨ ਵਾਲੀ ਤਾਂ ਪਿਆਰ ਦੀ ਪੁਤਲੀ ਹੁਣ ਕੀ ਦੇਵੇਂ ਦੇਖੋ ਜਿਹੜੀ ਮਾਂ ਹੈ ਉਹ ਕੀ ਇਹ ਪਿਆਰ ਦੀ ਪੁਤਲੀ ਹੁੰਦੀ ਹੈ ਤਾਂ ਇਹਦਾ ਵਾਕ ਕੀ ਬਣ ਜੂਗਾ ਮਾਂ ਪਿਆਰ ਦੀ ਪੁਤਲੀ ਹੁੰਦੀ ਹੈ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਇਸ ਦਾ ਜਿਹੜਾ ਵਾਕ ਇਹ ਬਣ ਜਾਵੇਗਾ ਠੀਕ ਹੈ ਜੀ ਅਗਲਾ ਜੋ ਆਪਾਂ ਨੂੰ ਸ਼ਬਦ ਦਿੱਤਾ ਗਿਆ ਇਸ ਸ਼ਬਦ ਨੂੰ ਆਪਾਂ ਹੁਣ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ ਨੂੰ ਸ਼ਬਦ ਦਿੱਤਾ ਗਿਆਗਾ ਉੱਚੀ ਆ ਸਕਦਾ ਤਾਂ ਉੱਚੇ ਸਾਹ ਲੈਣਾ ਇਹਨੂੰ ਥੋੜਾ ਜਿਹਾ ਸਹੀ ਕਰਿਓ ਉੱਬੇ ਉੱਬੇ ਆਉਗਾ ਉੱਬੇ ਸਾਹ ਲੈਣਾ ਠੀਕ ਹੈ ਉੱਬੇ ਸਾਹ ਲੈਣਾ ਠੀਕ ਹੈ ਤਾਂ ਇਸ ਦਾ ਅਰਥ ਹੁੰਦਾ ਕਿ ਔਖੇ ਸਾਹ ਲੈਣਾ ਤਾਂ ਇਸ ਦਾ ਕੀ ਲਿਖਾਂਗੇ ਆਪਾਂ ਸਾਹਮਣੇ ਕੁੱਤਾ ਵੇਖ ਕੇ ਉਹ ਉੱਬੇ ਸਾਹ ਲੈਣ ਲੱਗ ਪਿਆ ਠੀਕ ਹੈ ਤਾਂ ਇਸ ਤਰੀਕੇ ਨਾਲ ਇਹੇ ਜਿਹਦਾ ਸ਼ਬਦ ਸੀ ਇਸ ਨੂੰ ਵਾਕ ਦੇ ਵਿੱਚ ਵਰਤਿਆ ਜਾ ਸਕਦਾ ਹੈ ਤਾਂ ਦੋਸਤੋ ਇਸ ਤਰੀਕੇ ਨਾਲ ਅੱਜ ਦੀ ਆਪਣੀ ਕਲਾਸ ਜਿਹੜੀ ਇਹ ਸਮਾਪਤ ਹੁੰਦੀ ਹੈ ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇੱਕ ਵਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਦੱਸੋਗੇ ਤੇ ਨਾਲ ਦੀ ਨਾਲ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਆਪਣੇ ਚੈਨਲ ਦੇ ਉੱਤੇ ਤੁਹਾਡੇ ਪੰਜਾਬੀ ਦੇ ਸਾਰੇ ਪਾਠ ਕਰਵਾਏ ਪਏ ਨੇ ਠੀਕ ਹੈ ਜੀ ਇਸ ਤੋਂ ਬਿਨਾ ਸਾਇੰਸ ਦੇ ਪਾਠ ਕਰਵਾਏ ਪਏ ਨੇ ਇੰਗਲਿਸ਼ ਦੇ ਵੀ ਕੁਝ ਪਾਠ ਕਰਵਾ ਰਖੇ ਨੇ ਤੇ ਐਸਐਸਟੀ ਦੇ ਵੀ ਕੁਝ ਕਰਵਾ ਰਖੇ ਨੇ ਇਸ ਤੋਂ ਬਿਨਾ ਬਾਕੀ ਸਬਜੈਕਟ ਨੇ ਜਿਹੜੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਰਵਾਵਾਂਗੇ ਠੀਕ ਹੈ ਤਾਂ ਇਸ ਕਰਕੇ ਜਿਹੜੇ ਸਿਆਣੇ ਬੱਚੇ ਨੇ ਦੇਖੋ ਨਾਲ ਸਬਸਕ੍ਰਾਈਬ ਕਰ ਹੀ ਲਿਆ ਚੈਨਲ ਨੂੰ ਠੀਕ ਹੈ ਜਿਹੜੇ ਇਹਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਸਬਸਕ੍ਰਾਈਬ ਕਰ ਲੋ ਠੀਕ ਹੈ ਤੇ ਤੁਸੀਂ ਸਿਆਣੇ ਵਿਦਿਆਰਥੀ ਬਣ ਜਾਮੋਗੇ ਤਾਂ ਇਸ ਤਰੀਕੇ ਨਾਲ ਤੁਸੀਂ ਜੇਕਰ ਅੱਗੇ ਦਾ ਬੁੱਕਵਰਕ ਵੀ ਕੰਪਲੀਟ ਕਰਨਾ ਹੈ ਤਾਂ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਠੀਕ ਹੈ ਤਾਂ ਇੱਥੇ ਤੁਹਾਡੀ ਕਲਾਸ ਤੋਂ ਬਿਨਾ ਬਾਕੀ ਕਲਾਸਾਂ ਦੇ ਵੀ ਆਪਾਂ ਕੰਮ ਪਾਉਂਦੇ ਰਹਿਣੇ ਆ ਤਾਂ ਆਪਣੇ ਦੋਸਤਾਂ ਵਿੱਚ ਵੱਧ ਤੋਂ ਵੱਧ ਇਸ ਕਲਾਸ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸ਼ੇਅਰ ਕਰ ਦਿਓ ਆਪਣੇ ਜਿਹੜੇ ਤੁਹਾਡੇ ਗਰੁੱਪ ਬਣੇ ਹੋਏ ਨੇ ਕਲਾਸਾਂ ਦੀ ਉਹਨਾਂ ਗਰੁੱਪਾਂ ਦੇ ਵਿੱਚ ਤੁਸੀਂ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਇਹੇ ਕਲਾਸ ਦੇ ਵਿੱਚ ਤਾਂ ਆਪਾਂ ਨੇ ਇਹ ਕੰਪਲੀਟ ਕੀਤਾ ਹੈ ਅਗਲੀ ਕਲਾਸ ਦੇ ਵਿੱਚ ਆਪਾਂ ਸ਼ੇਮਾ ਲੈਸਨ ਜਿਹੜਾ ਹੋ ਅਗਲੀ ਕਲਾਸ ਦੇ ਵਿੱਚ ਕੰਪਲੀਟ ਕਰਾਂਗੇ ਇਸ ਤਰੀਕੇ ਨਾਲ ਸਾਰੇ ਲੈਸਨ ਦੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ ਤੁਸੀਂ ਕੀ ਕਰਿਆ ਕਰੋ ਨਾਲ ਮੇਰੀ ਕਲਾਸ ਸਰਚ ਕਰਕੇ ਵੀਡੀਓ ਨੂੰ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਥੈਂਕ ਯੂ